ਪਿੰਡ ਪੋਠੀ ਜੀ ਤਹਿਸੀਲ ਸੁਹਾਵਾ ਕਮਾਲ ਹੈ ਕਮਾਲ ਜਾਨਵਰ ਉਹਦਾ ਕੀ ਨਾਂ ਹੈ ਜਾਨਵਰ ਦਾ ਉਸ ਜਾਨਵਰ ਦਾ ਕੀ ਨਾਂ ਹੈ ਉਸਦਾ ਕੀ ਨਾਂ ਹੈ ਜਾਨਵਰ ਦਾ ਅਸਲਾਮ ਵਾਲੇਕੁਮ ਸਭ ਅੰਕਲ ਹਮਾਰੇ ਚੈਨਲ ਕੋ ਲਾਈਕ ਕਰੇ ਸਬਸਕ੍ਰਾਈਬ ਕਰੇ ਔਰ ਬੈਲ ਕੀ ਘੰਟੀ ਕੋ ਕਲਿੱਕ ਕਰੇ ਬਹੁਤ ਬਹੁਤ ਸ਼ੁਕਰੀਆ ਆਪ ਹਮਾਰੀ ਵੀਡੀਓ ਕੋ ਦੇਖਤੇ ਆਪਾਂ ਲਾਈਕ ਐਂਡ ਸਬਸਕ੍ਰਾਈਬ ਨਹੀਂ ਕਰਤੇ ਤੋ ਆਪ ਹਮਾਰੀ ਵੀਡੀਓ ਕੋ ਲਾਈਕ ਔਰ ਸਬਸਕ੍ਰਾਈਬ ਕਰੇ ਬਹੁਤ ਬਹੁਤ ਸ਼ੁਕਰੀਆ ਅਬਾਸ ਸਾਹਿਬ ਵਾਲਾ ਇਹ ਫਿਕਸ ਹੋਇਆ ਨਾ ਕਿਹੜੇ ਨਾਲ ਮਸ਼ਤਾਕ ਅਵਾਮੀ ਸਾਹਿਬ ਵਾਲੇ ਜਨਾਬ ਉਹਨਾਂ ਦਾ ਉਹਨਾਂ ਦਾ ਜਾਨਵਰ ਦਾ ਕੀ ਨਾਂ ਹੈ ਪਤਾ ਜੀ ਕੋਈ ਜਿਹਦੇ ਨਾਲ ਫਿਕਸ ਹੋਇਆ ਮੁਸ਼ਤਾਕ ਸਾਹਿਬ ਜੀ ਅਵਾਮੀ ਵਾਲੇ ਜੀ ਪਾਕ ਸ਼ਹੀਨ ਗਰੁੱਪ ਦੀ ਤਰਫੋਂ ਜੀ ਉਹਨਾਂ ਦੇ ਜਾਨਵਰ ਦਾ ਜਨਾਬ ਇਹ ਫਿਕਸ ਹੋਇਆ ਅਤੇ ਗਰਾਊਂਡ 'ਚ ਮੌਜੂਦ ਦੋਨੋਂ ਗੋਜਰੇ ਦੇ ਨੇ ਜੀ ਤੁਹਾਡਾ ਸਰ ਕੀ ਨਾਂ ਹੈ ਆਰਫ ਸਈਦ ਰੰਧਾਵਾ ਸਾਹਿਬ ਆਰਫ ਸਈਦ ਰੰਧਾਵਾ ਸਾਹਿਬ ਜੀ ਅਤੇ ਇਹ ਦਰਬਾਰ ਸਾਹਿਬ ਨੇ ਤੁਹਾਡੀ ਦੋਵਾਂ ਤਸਵੀਰ ਵਿੱਚ ਆਵੇ ਨਾ ਇੱਥੇ ਇੱਧਰ ਵੇਖਿਆ ਜੀ ਵਾਹ ਕਮਾਲ ਹੈ ਜੀ ਖੂਬਸੂਰਤੀਆਂ ਜੀ ਜਾਨਵਰ ਦੀ ਚੈੱਕ ਕਰੋ ਆਊਟ ਕਲਾਸ ਜਾਨਵਰ ਅਤੇ ਅੱਜ ਜਨਾਬ ਗਰਾਊਂਡ 'ਚ ਮੌਜੂਦ ਹੈ ਜੀ ਇਹ ਬਾਦ ਸਾਹਿਬ ਨੇ ਗੋਜਰੇ ਤੋਂ ਪਿੰਡ ਕਿਹੜਾ 280 ਦੁਕਲ ਦੁਗਲ ਦੁਗਲਾਂ 280 ਦੁਗਲਾਂ ਜੀ ਗੋਜਰਾ ਜੀ ਅਤੇ ਰਾਣਾ ਜਾਹ ਸਾਹਿਬ ਵੀ ਉੱਥੋਂ ਦੇ ਨੇ ਇਹ ਜੀ ਮੁਸ਼ਤਾਕ ਅਵਾਮੀ ਸਾਹਿਬ ਵਾਲੇ ਜਿਹੜੇ ਨੇ ਉਹਨਾਂ ਦੇ ਜਾਨਵਰ ਨਾਲ ਇਹ ਫਿਕਸ ਹੈ ਜੀ ਸ਼ਹੀਨ ਗਰੁੱਪ ਦੇ ਖਿਲਾਫ ਅਤੇ ਇਹ ਲੜ ਰਿਹਾ ਜਨਾਬ ਸਰਦਾਰ ਮਰਾਨ ਸਾਹਿਬ ਦੀ ਤਰਫੋਂ ਪਾਕ ਇਤਿਹਾਦ ਗਰੁੱਪ ਦੀ ਤਰਫੋਂ ਇਸ ਤੋਂ ਪਹਿਲੇ ਕਿੰਨੇ ਮੈਚ ਲੜਿਆ ਕਿੰਨੇ ਕਿੰਨੇ ਮਿੰਟ 'ਤੇ ਗਿਆ ਇਹ ਇੱਕ 15 ਮਿੰਟ ਅਤੇ ਇੱਕ 10 ਮਿੰਟ 'ਤੇ ਅਤੇ ਕਿਹੜਿਆਂ ਕੁੱਤਿਆਂ ਜੀ ਥੋੜ੍ਹਾ ਜਿਹਾ ਦੱਸ ਸਕਦੇ ਹੋ ਪਤਾ ਝੇਡੂਆਂ ਵਾਲੀ ਬਲੱਡ ਲੈਣ ਪਹਿਲੇ ਦੱਸੀ ਤੁਸੀਂ ਝੇਡੂਆਂ ਵਾਲੀ ਬਲੱਡ ਲੈਣ ਜੀ ਬੜੀ ਮਸ਼ਹੂਰ ਹੈ ਜੀ ਇਹ ਉਹਨਾਂ ਕੁੱਤਿਆਂ 'ਚੋਂ ਜੀ ਉਹਨਾਂ ਦਿਆਂ ਅਤੇ ਬੜੇ ਕਮਾਲ ਦਾ ਜਾਨਵਰ ਜੀ ਤੁਸੀਂ ਵੀ ਆਉਣਾ ਤੁਸੀਂ ਕਿਉਂ ਦੂਰ ਉਸਤਾਦ ਜੀ ਤੁਹਾਡਾ ਕੀ ਨਾਂ ਹੈ ਇਰਫਾਨ ਗਿੱਲ ਸਾਹਿਬ ਜੀ ਬੜੇ ਅੱਛੇ ਸ਼ਿਕਾਰੀ ਜੀ ਭਰਾ ਗੋਜਰੇ ਤੋਂ ਜਨਾਬ ਇਹ ਸਾਰੇ ਭਰਾ ਤਿੰਨੋਂ ਭਰਾ ਨਾਲ ਆਏ ਅਤੇ ਬਾਕੀ ਵੀ ਮਾਂ ਮਾਈ ਹੋਏਗੀ ਅਤੇ ਇਹ ਜਾਨਵਰ ਦੀ ਗੇਮ ਉੱਤੇ ਦੀ ਹੈ ਵੈਸੇ ਸਿਰ ਦੀ ਗੇਮ ਕਰਦਾ ਵੈਸੇ ਉਂਝ ਉੱਤੇ ਦੀ ਗੇਮ ਹੈ ਨਹੀਂ ਨਹੀਂ ਉੱਤੇ ਲੱਗਦਾ ਨਾ ਅੱਛਾ 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 ਆਨ ਕਰਕੇ ਦਿਓ ਮੈਨੂੰ ਉਹਨਾਂ ਦਿਓ ਮੈਨੂੰ ਫੜਾ ਦਿਓ ਆਨ ਕਰਕੇ ਬਸ ਮੈਮ ਇਹ ਹਾਂਜੀ ਜੀ ਨਾ ਉਹ ਆ ਜੀ ਵਾਹ ਆ ਨਾ ਜਨਾਬ ਕੁੱਤਾ ਫੜਿਆ ਵੀਡੀਓ ਚਲਦੀ ਪਈ ਹੈ ਨਾ ਆਊਟ ਕਲਾਸ ਜਾਨਵਰ ਜੀ ਵਾਹ ਜੀ ਵਾਹ ਚੱਪੂ
ਲਓ ਜੀ ਜਾਨਵਰ ਨਾਪ ਰਿਹਾ ਜਿਸ ਤੋਂ ਬਾਅਦ ਗਰਾਊਂਡ 'ਚ ਅੱਪੂ ਗੋਜਰੇ ਵਾਲਾ ਜੀ ਮੁਸ਼ਤਾਕ ਅਵਾਮੀ ਸਾਹਿਬ ਅਵਾਮੀ ਵਾਲੇ ਜਿਹੜੇ ਨੇ ਜਨਾਬ ਉਹਨਾਂ ਦੇ ਕੁੱਤੇ ਨਾਲ ਇਹ ਜਨਾਬ ਫਿਕਸ ਹੋਇਆ ਨਵਾਉਣ ਦਾ ਵੀ ਸੌੜਾ ਪੈਂਦਾ ਇਹ ਅੱਛਾ ਪੈਂਦਾ ਜੇ ਅੱਗੇ ਹੋ ਜਾਓ ਇਹਦੇ ਪਿਛਲੇ ਪਾਸੇ ਹੋ ਜਾਓ ਪਿੱਛੇ ਕਿਉਂਕਿ ਅੱਗੋਂ ਤਾਂ ਨੇੜੇ ਨਹੀਂ ਲੱਗਣ ਦੇਣਾ ਤੁਹਾਨੂੰ ਉਹ ਆ ਜੀ ਸ਼ਬੀਰ ਸਾਹਿਬ ਜਨਾਬ ਪਿੰਡ ਪੋਠੀ ਜਨਾਬ ਤਹਿਸੀਲ ਸੁਹਾਵਾ ਇੰਜੋ ਵਾਜੇ ਉਹ ਆ ਜੀ ਵਾਹ ਪਿੰਡ ਪੋਠੀ ਜੀ ਤਹਿਸੀਲ ਸੁਹਾਵਾ ਕਮਾਲ ਹੈ ਕਮਾਲ ਜਾਨਵਰ ਉਹਦਾ ਕੀ ਨਾਂ ਹੈ ਜਾਨਵਰ ਦਾ ਉਸ ਜਾਨਵਰ ਦਾ ਕੀ ਨਾਂ ਹੈ ਉਸਦਾ ਕੀ ਨਾਂ ਹੈ ਜਾਨਵਰ ਦਾ ਬਿੱਲੂ ਨਾਂ ਹੈ ਜੀ ਉਸ ਜਾਨਵਰ ਅੱਛਾ ਇਹਦਾ ਨਾਂ ਚੌਧਰੀ ਮਿਸਤਾਕ ਸਾਹਿਬ ਅਵਾਮੀ ਵਾਲਾ ਜੀ ਉਹਨਾਂ ਦਾ ਜਾਨਵਰ ਨਾਲੇ ਫਿਕਸ ਹੈ ਨਹੀਂ ਇਹਦਾ ਨਾਂ ਬੱਬੂ ਹੈ ਨਾ ਬਹੁਤ ਅੱਛਾ ਜਾਨਵਰ ਹੈ ਜੀ ਉਹ ਚਿੱਟਾ ਤਾਂ ਨਹੀਂ ਚਿੱਟਾ ਜਿਹਾ ਚੰਗਾ ਜਾਨਵਰ ਉਹ ਵੀ ਮੈਂ ਵੇਖਿਆ ਸਵੇਰੇ ਹਾਂਜੀ ਲਓ ਜੀ ਇਹ ਸਾਡੀ ਛੋਟੀ ਵੀਡੀਓ ਜੀ ਅਗਲੀ ਵੀਡੀਓ ਫਿਰ ਆ ਰਹਾਂਗੇ ਅੱਲਾ ਹਾਫਿਜ਼।